ਕਾਰ ਚਾਲਕ ਦੀ ਗਲਤੀ ਦੇ ਕਾਰਨ ਐਂਬੂਲੈਂਸ ਪਲਟ ਗਈ, ਜਿਸ ਦੇ ਕਾਰਨ ਐਂਬੂਲੈਂਸ 'ਚ ਸਵਾਰ ਮਰੀਜ਼ ਦੀ ਮੌਤ ਹੋ ਜਾਂਦੀ ਹੈ ਅਤੇ ਇਸ ਹਾਦਸੇ ਦਾ ਭਿਆਨਕ ਮੰਜ਼ਰ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦਾ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਐਂਬੂਲੈਂਸ ਅਤੇ ਕਾਰ ਦੇ ਵਿਚਾਲੇ ਇਹ ਭਿਆਨਕ ਟੱਕਰ ਹੁੰਦੀ ਹੈ। ਕਾਰ ਚਾਲਕ ਦੀ ਗਲਤੀ ਦੇ ਕਾਰਨ ਇਹ ਸਾਰਾ ਹਾਦਸਾ ਵਾਪਰਦਾ। ਇਸ ਦੌਰਾਨ ਮਰੀਜ਼ ਦੀ ਮੌਤ ਹੋ ਜਾਂਦੀ ਹੈ ਜੋ ਐਂਬੂਲੈਂਸ ਦੇ ਵਿੱਚ ਮੌਜੂਦ ਹੁੰਦਾ ਹੈ, ਤੇ 6 ਜਣੇ ਇਸ ਹਾਦਸੇ ਦੇ ਦੌਰਾਨ ਜ਼ਖਮੀ ਹੋ ਗਏ ਨੇ। ਦੱਸਣਾ ਬਣਦਾ ਹੈ ਕਿ ਮਰੀਜ਼ ਨੂੰ ਇਹ ਐਂਬੂਲੈਂਸ ਏਮਸ ਛੱਡਣ ਜਾ ਰਹੀ ਸੀ ਜਿਸ ਵੇਲੇ ਇਹ ਹਾਦਸਾ ਵਾਪਰਦਾ। ਫਿਲਹਾਲ ਇਸ ਹਾਦਸੇ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਭਿਆਨਕ ਹਾਦਸਾ ਵਾਪਰਦਾ। ਇਹ ਗੱਡੀ ਬਹੁਤ ਸਲੋ ਹੁੰਦੀ ਹੈ ਜੋ ਇੱਕਦਮ ਮੁੜ ਜਾਂਦੀ ਹੈ, ਤੇ ਉਧਰੋਂ ਤੇਜ਼ ਰਫ਼ਤਾਰ ਐਂਬੂਲੈਂਸ ਆ ਰਹੀ ਹੁੰਦੀ ਹੈ ਜੋ ਇਸ ਗੱਡੀ ਦੇ ਵਿੱਚ ਜਾ ਟਕਰਾਉਂਦੀ ਹੈ ਤੇ ਐਂਬੂਲੈਂਸ ਪਲਟ ਜਾਂਦੀ ਹੈ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਜਾਂਦਾ। ਇਹ ਤਸਵੀਰਾਂ ਮੋਗਾ ਦੇ ਬਾਗਾ ਪੁਰਾਣਾ ਦੇ ਰਜਿਆਣਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਐਂਬੂਲੈਂਸ ਅਤੇ ਕਾਰ ਦੇ ਵਿੱਚ ਕਾਰ ਭਿਆਨਕ ਟੱਕਰ ਹੁੰਦੀ ਹੈ। ਐਂਬੂਲੈਂਸ ਦੇ ਵਿੱਚ ਮੌਜੂਦ ਮਰੀਜ਼ ਦੀ ਮੌਤ ਹੋ ਗਈ ਹੈ। ਇਹ ਐਂਬੂਲੈਂਸ ਮੋਗਾ ਦੇ ਇੱਕ ਪ੍ਰਾਈਵੇਟ ਹਸਪਤਾਲ ਤੋਂ ਬਠਿੰਡਾ ਏਮਸ ਦੇ ਵੱਲ ਜਾ ਰਹੀ ਹੁੰਦੀ ਹੈ ਜੋ ਮਰੀਜ਼ ਨੂੰ ਛੱਡਣ ਜਾ ਰਹੀ ਹੁੰਦੀ ਹੈ, ਕਿ ਰਜਿਆਣਾ ਦੇ ਕੋਲ ਇੱਕ ਸਾਈਡ ਤੇ ਗੱਡੀ ਆ ਰਹੀ ਹੁੰਦੀ ਹੈ ਜੋ ਅਚਾਨਕ ਹੀ ਕਾਰ ਸਵਾਰ ਇਸ ਨੂੰ ਆਪਣੀ ਗੱਡੀ ਨੂੰ ਮੋੜ ਲੈਂਦਾ, ਜਿਸ ਕਾਰਨ ਐਂਬੂਲੈਂਸ ਇਸ ਗੱਡੀ ਦੇ ਵਿੱਚ ਜਾ ਟਕਰਾਉਂਦੀ ਹੈ ਤੇ ਇਹ ਹਾਦਸਾ ਵਾਪਰ ਜਾਂਦਾ। ਫਿਲਹਾਲ ਇਹ ਭਿਆਨਕ ਮੰਜ਼ਰ ਦੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀਆਂ ਨੇ। ਐਂਬੂਲੈਂਸ ਦੀ ਡਰਾਈਵਰੀ ਕਰਦੇ ਆ ਜੀ। ਕਿਹੜੀ ਐਂਬੂਲੈਂਸ 'ਚ? ਤੁਸੀਂ ਸਾਨੂੰ ਕਹਿ ਰਹੇ ਕਹਿੰਦੇ ਤੁਹਾਡੀ ਐਂਬੂਲੈਂਸ ਜ਼ਿਆਦਾ ਤੇਜ਼ ਸੀਗੀ, ਸਾਡੀ ਐਮਰਜੈਂਸੀ ਅਸੀਂ ਮਰੀਜ਼ ਨੂੰ ਸਭ ਤੋਂ ਜ਼ਿਆਦਾ ਆਦਿ ਨਾਲੋਂ ਜ਼ਿਆਦਾ ਮਰੀਜ਼ ਨੂੰ ਸੁਰੱਖਿਅਤ ਤੋਂ ਟਾਈਮ ਤੇ ਪਹੁੰਚਾਉਂਦੇ। ਮਰੀਜ਼ ਠੀਕ ਹੈ ਬੱਚ? ਬਠਿੰਡਾ ਜਾ ਰਹੇ ਸੀ ਮਹਿੰਦਰ ਮੋਸਾਸਨ ਜਾ ਰਹੇ ਤਾਂ ਜਵਾਬ ਦੇ ਦਿਓ, ਥੋੜਾ ਸਾਥ ਚੱਲ ਰਿਹਾ ਮੇਰੇ ਪਾਪਾ ਕੋ, ਫਿਰ ਬਠਿੰਡਾ ਦਾਖਲ ਕਰ ਦੀਏ ਮੇਰੇ ਪਾਪਾ ਵਹਾਂ ਪਰ ਸਭ ਸੀਟ ਸੂਟ ਸਾਰਾ ਮਿਲ ਗਿਆ ਥੇ। ਉਸਕੇ ਬਾਅਦ ਆਧੇ ਰਸਤੇ ਮੈਂ ਪਤਾ ਨਹੀਂ ਐਕਸੀਡੈਂਟ ਹੋ ਗਿਆ ਪੂਰਾ। ਕੀ ਹੋਆ ਥਾ ਕਿਆ ਪਾਪਾ ਕੋ? ਪਾਪਾ ਕੇ ਬੋਏ ਥੋੜਾ ਸਾਥ ਕੇ ਪ੍ਰੋਬਲਮ ਥੀ, ਇਦਾਂ ਸਾਥ ਮੋਗਾ ਦਾਖਲ ਕਰਨਾ ਤੇ ਮੇਰੇ ਪਾਪਾ ਬਠਿੰਡਾ ਥੋੜਾ ਇਲਾਜ ਯਹਾਂ ਜਵਾਬ ਹੀ ਦੀਏ, ਅੱਗੇ ਜਾ ਕੇ ਕੀ ਪਤਾ ਹੋਰ ਠੀਕ ਹੋ ਜਾ ਕੇ ਨਾ, ਜਿਤਨਾ ਇਲਾਜ ਕਰੀ ਦੀਏ ਥੋੜਾ ਹੋਰ ਆ ਕੇ ਇਲਾਜ ਕਰ ਦੇਂਗੇ। ਅਭੀ ਬੁਰਾ ਐਕਸੀਡੈਂਟ ਹੋ ਗਿਆ, ਇੱਕ ਬੈਗ ਆਇਆ। ਉਨਕੀ ਹਾਲਤ ਕੈਸੀ ਪਾਪਾ ਕੀ? ਬਹੁਤ ਬੁਰਾ, ਦੇਖਾ ਨਹੀਂ ਜਾ ਰਹਾ, ਪੂਰੀ ਆ ਪਟ ਗਈ ਅੰਦਰ ਭਰਤੀ ਕੀ। ਡੈਥ ਹੋ ਗਈ ਉਨਕੀ? ਡੈਥ ਹੋ ਗਈ ਹੈ ਮੇਰੇ ਭਾਈ ਸਭ ਕੋ, ਪੂਰਾ ਗੋ ਪੈਰ ਉੜ ਕੱਟ ਗਿਆ ਮੇਰੇ ਭਾਈ ਸਭ ਕਾ। ਮੇਰਾ ਭਾਈ ਤਾਂ ਐਕਸੀਡੈਂਟ ਕਹਾਂ ਪੇ ਹੋਇਆ ਪਤਾ? ਐਕਸੀਡੈਂਟ ਪਤਾ ਨਹੀਂ ਕੌਣ ਸਾ ਰੋਟ ਪੇ ਹੋ ਗਿਆ। ਐਕਸੀਡੈਂਟ ਮੈਂ ਕੌਣ ਕੰਦਾ? ਮੇਰਾ ਮਾਪੂਆ ਹੈ, ਮਾਪੂਆ ਕਾ ਲੜਕਾ, ਮੇਰੇ ਚੀਚਾ, ਇੱਕ ਮੇਰਾ ਭਾਈ ਹੈ ਕੁਮਾੜਾ, ਮੇਰੇ ਪਾਪਾ ਤੇ ਇਹ। ਸਰ ਮੈਂ ਨਾ ਘਰੇ ਸੀਗਾ ਜੀ, ਅਤੇ ਮੈਂ ਆਪਣੀ ਗੱਡੀ ਭੇਜੀ ਸੀ, ਮੈਨੂੰ ਫੋਨ ਆਇਆ ਸੀ ਮੋਗਾ ਮੈਡੀਸਿਟੀ ਤੋਂ, ਪੇਸ਼ੈਂਟ ਲੈ ਕੇ ਜਾਣਾ ਸੀਗਾ, ਇੱਕ ਮੋਗਾ ਮੈਡੀਸਿਟੀ ਤੋਂ ਰੈਫਰ ਹੋਇਆ ਸੀ ਬਠਿੰਡੇ ਏਮਜ ਹੋਸਪਿਟਲ ਲਈ ਜੀ। ਉੱਥੋਂ ਚਲੋ ਮੈਂ ਐਂਬੂਲੈਂਸ ਭੇਜਤੀ ਜੀ, ਉਹ ਪੇਸ਼ੈਂਟ ਚੱਕ ਕੇ ਗੱਡੀ ਮੇਰੀ ਜਾ ਰਹੀ ਹੈ ਬਠਿੰਡਾ ਏਮਜ ਵਾਸਤੇ।
ਰਾਜਿਆਂ ਨੇ ਜਾ ਕੇ ਮਤਲਬ ਗੱਡੀ ਦਾ ਕੋਈ ਐਕਸੀਡੈਂਟ ਹੋ ਗਿਆ ਉੱਥੇ, ਕੋਈ ਗੱਡੀ ਸੀਗੀ ਸਾਈਡ ਤੋਂ ਖੜੀ, ਪਿੰਡ ਵਾਲੇ ਦੱਸ ਰਹੇ ਆ ਮਤਲਬ ਜਿਹੜੇ ਉੱਥੇ ਲੋਕ ਖੜ੍ਹੇ ਸੀ ਉਹ ਦੱਸ ਰਹੇ ਆ ਕਿ ਕਹਿੰਦੇ ਐਂਬੂਲੈਂਸ ਆਪਦੀ ਸਾਈਡ 'ਤੇ ਆ ਰਹੀ ਸੀ, ਆਪਦੀ ਸਪੀਡ 'ਤੇ ਆ ਰਹੀ ਸੀ, ਜਿਹੜੇ ਦੂਸਰੀ ਗੱਡੀ ਵਾਲੇ ਸੀ ਉਹਨਾਂ ਨੇ ਉਹਦੇ ਅੱਗੇ ਉਹਦੀ ਗੱਡੀ ਘੁਮਾਤੀ ਅਤੇ ਅਚਾਨਕ ਗੱਡੀ ਦਾ ਐਕਸੀਡੈਂਟ ਹੋ ਗਿਆ, ਜਿਹੜੀ ਗੱਡੀ ਮੰਨ ਲਓ ਵੀ ਉੱਥੋਂ ਐਂਬੂਲੈਂਸ ਜਾਂ ਉਹਦੇ ਵਿੱਚ ਜਾ ਟਕਰਾਈ ਅਤੇ ਗਾਂਹ ਜਾ ਕੇ ਦੁਕਾਨ ਦੇ ਵਿੱਚ ਜਾ ਟਕਰਾਈ। ਹਾਂਜੀ, ਇਹ ਇੱਥੋਂ ਮੈਨੂੰ ਫੋਨ ਆਇਆ ਉੱਥੋਂ ਮੁੰਡੇ ਦਾ ਵੀ ਐਂ ਕਰਕੇ ਤੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ, ਅਤੇ ਚਲੋ ਅਸੀਂ ਮੌਕੇ 'ਤੇ ਪਹੁੰਚੇ, ਉੱਥੇ ਤਾਂ ਬੰਦਿਆਂ ਦੇ ਤਿੰਨਾਂ ਦੇ ਸੱਟਾਂ ਜੀ, ਇੱਕ ਮੁੰਡਾ ਡਰਾਈਵਰ ਸੀ ਬਲਵਿੰਦਰ ਸਿੰਘ, ਨਾਲ ਲਵਪ੍ਰੀਤ ਸਿੰਘ ਸੀਗਾ ਜੀ, ਇੱਕ ਮੁੰਡਾ ਸਟਾਫ ਸੀ ਗਗਨਦੀਪ ਸਿੰਘ ਜੀ, ਤਿੰਨੋਂ ਗੰਭੀਰ ਜ਼ਖਮੀ ਹੈ ਜੀ ਮੁੰਡੇ। ਮਰੀਜ਼ ਦੀ ਜਦੋਂ ਮੈਂ ਉੱਥੇ ਪਹੁੰਚਿਆ ਜੀ, ਉੱਥੇ ਮਤਲਬ ਪਹੁੰਚਣ 'ਤੇ ਉਦੋਂ ਉਹਨਾਂ ਨੂੰ ਲੈ ਗਏ ਸੀਗੇ 108 ਦੇ ਵਿੱਚ, ਉਹਨਾਂ ਦਾ ਹਜੇ ਮੈਨੂੰ ਫਿਲਹਾਲ ਪਤਾ ਨਹੀਂ ਵੀ ਕੀ ਕੰਡੀਸ਼ਨ ਆ। ਹਾਂਜੀ, ਜਿਹੜੀ ਦੂਜੀ ਗੱਡੀ ਵਾਲੇ ਸੀ ਉਹ ਵੀ ਜ਼ਖਮੀ ਹੋਏ? ਜਿਹੜੀ ਦੂਸਰੀ ਗੱਡੀ ਵਾਲੇ, ਉੱਥੋਂ ਦੇ ਲੋਕਾਂ ਦੇ ਦੱਸਣ ਦੇ ਮੁਤਾਬਕ ਇਹ ਹੋ ਰਿਹਾ ਵੀ ਮਤਲਬ ਉਹ ਜ਼ਖਮੀ ਆ, ਅਤੇ ਉਹ ਮਤਲਬ ਵੀ ਸ਼ਰਾਬ ਸ਼ਰੂਬ ਉਹਨਾਂ ਦੀ ਗੱਡੀ ਦੇ ਵਿੱਚ ਪਈ ਆ, ਡਰਿੰਕ ਵਗੈਰਾ ਕਰਦੇ ਪਏ ਸੀ। ਕਿੰਨੇ ਜਣੇ ਦੋ ਜ਼ਖਮੀ? ਉਹ ਮੇਰੇ ਹਿਸਾਬ ਨਾਲ ਵੀ 2 ਤੋਂ 3 ਜਣੇ ਦੱਸ ਰਹੇ ਆ ਜੀ, ਬਾਕੀ ਮੈਨੂੰ ਪੂਰਾ ਕਲੀਅਰ ਨਹੀਂ ਹੈਗਾ ਜੀ। ਤੁਹਾਡੀ ਗੱਡੀ ਦੇ ਟੋਟਲ ਕਿੰਨੇ ਜਣੇ ਸੀਗੇ? ਸਾਡੀ ਗੱਡੀ ਦੇ ਵਿੱਚ ਟੋਟਲ 5 ਜਣੇ ਸੀਗੇ ਜੀ। ਮਰੀਜ਼ ਦੀ ਕੀ ਹਾਲਤ ਹੈ, ਪਤਾ ਕੁਛ? ਨਹੀਂ ਸਰ, ਮਰੀਜ਼ ਦਾ ਕੁਛ ਨਹੀਂ ਪਤਾ ਜੀ।